ਪਾਣੀ ਦਾ ਮਿੱਤਰਾਂ ਦੀ ਮਜਮਾਣੀ ਖਾਤਰ ਲਹੂ ਦਿਲੇ ਦਾ ਛਾਣੀ ਦਾ ਅੱਜ ਮਿੱਤਰਾਂ ਦੀ ਮਜਮਾਣੀ 'ਚ ਸਾਡੇ ਨਾਲ ਮੁਲਕੋਂ ਪਾਰ ਦੇ ਸਾਡੇ ਪ੍ਰਾਹੁਣੇ ਨੇ ਔਰ ਇਹਨਾਂ ਦਾ ਤਫਸੀਲੀ ਤਾਰਫ ਸ਼ਾਹਿਦ ਨਦੀਮ ਸਾਡੇ ਨਾਲ ਨੇ ਬੈਠੇ ਜਿਹੜੇ ਪਾਕਿਸਤਾਨ ਟੈਲੀਵਿਜ਼ਨ ਦੇ ਬੜੇ ਵੱਡੇ ਅਫਸਰ ਰਿਟਾਇਰ ਹੋਏ ਨੇ ਲੇਕਿਨ ਇਹਨਾਂ ਨੇ ਇਹਨਾਂ ਦਾ ਕੰਮ ਜਿਹੜਾ ਉਹ ਹਯਾਤੀ 'ਚ ਬਹੁਤ ਹੀ ਉਹਦੀ ਮਾਨਤਾ ਹੈ ਜੰਜਾਲਪੁਰਾ ਦੇ ਨਾਂ ਤੋਂ ਪਬਲਿਕਲੀ ਲੋਕ ਇਹਨਾਂ ਨੂੰ ਜਾਣਦੇ ਨੇ ਜਿਨ੍ਹਾਂ ਨੇ ਟੀ ਵੀ 'ਤੇ ਇਹਨਾਂ ਦੇ ਡਰਾਮੇ ਵੇਖੇ ਨੇ ਜ਼ਰ ਦੁਪਹਿਰ ਹੋਰ ਬਹੁਤ ਸਾਰੇ ਵੱਡੇ ਪਲੇ ਜਿਨ੍ਹਾਂ 'ਚ ਇਹਨਾਂ ਨੇ ਬੜੇ ਹੀ ਐਸੇ ਟੋਪਿਕ ਛੋਏ ਨੇ ਜਿਹੜੇ ਬੜੇ ਸੈਂਸਿਟਿਵ ਟੋਪਿਕਸ ਹਨ ਅਤੇ ਇਸ ਲਈ ਸ਼ਾਹਿਦ ਨਦੀਮ ਸਾਹਿਬ ਵੀ ਸਾਡੇ ਕੋਲ ਇੱਕ ਬਲੈਸਿੰਗ ਨੇ ਬਹੁਤ ਅੱਛਾ ਕੰਮ ਕਰਦੇ ਨੇ ਅੱਲਾਹ ਤਾਲਾ ਇਹਨਾਂ ਨੂੰ ਜ਼ਿੰਦਗੀ ਸਿਹਤ ਤੰਦਰੁਸਤੀ ਦੇਵੇ ਔਰ ਇਸੇ ਤਰ੍ਹਾਂ ਹੀ ਕੰਮ ਕਰਦੇ ਰਹਿਣ ਅਜੋਕਾ ਥੀਏਟਰ ਦੇ ਨਾਲ ਅਟੈਚ ਨੇ ਵਧੀਆ ਗੌਰ ਹੁਰਾਂ ਜੀ ਦੇ ਪਤੀ ਧਰਮਪਤੀ ਅਤੇ ਇਹਨਾਂ ਨੂੰ ਮੈਂ ਜੀ ਆਇਆਂ ਨੂੰ ਆਖਦਾ ਵਾਂ ਔਰ ਇਹ ਤੁਹਾਡਾ ਸਾਰੇ ਜੀਆਂ ਦਾ ਤਾਰਫ ਕਰਾਉਂਦੇ ਨੇ ਕਿ ਕਿਹੜੇ ਕਿਹੜੇ ਜੀ ਸਾਡੇ ਨਾਲ ਨੇ ਜੀ ਔਰ ਮੈਂ ਪਲਾਕ ਵੱਲੋਂ ਔਰ ਸਾਡੀ ਡਾਇਰੈਕਟਰ ਜਨਰਲ ਬੀਨਿਸ਼ ਫਾਤਮਾ ਸਾਹੀ ਹੁਰਾਂ ਵੱਲੋਂ ਔਰ ਸਾਰੇ ਪਲਾਕ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਸੀਂ ਦਿਲੋਂ ਮਨੋ ਰੂਹੋਂ ਜੀ ਆਇਆਂ ਨੂੰ ਆਖਦੇ ਹਾਂ ਅਤੇ ਤਾਰਫ ਤੁਹਾਡਾ ਕਰਾਉਂਦੇ ਨੇ ਸ਼ਾਹਿਦ ਸਾਹਿਬ ਮਿਹਰਬਾਨੀ ਖਾਕਾਨ ਸਾਹਿਬ ਇਹ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਇੱਥੇ ਸਾਡੇ ਦੋਸਤ ਸਰਹੱਦ ਪਾਰ ਵਾਲੇ ਪੰਜਾਬ ਤੋਂ ਆਏ ਹੈ ਅਤੇ ਪੰਜਾਬ ਹੀ ਲੇਕਿਨ ਇਹ ਕਿ ਵਿੱਚ ਇੱਕ ਹੈ ਬਾਰਡਰ ਔਰ ਵੀਜ਼ਾ ਦੀ ਇੱਕ ਰਿਕੁਆਇਰਮੈਂਟ ਹੁੰਦੀ ਹੈ ਸੋ ਉਹਨੂੰ ਪਾਰ ਕਰਨਾ ਆਸਾਨ ਨਹੀਂ ਸੀ ਲੇਕਿਨ ਵੀ ਆਰ ਵੈਰੀ ਹੈਪੀ ਕਿ ਸਾਡੀ ਗਵਰਨਮੈਂਟ ਨੇ ਉਹਨਾਂ ਨੂੰ ਵੀਜ਼ੇ ਦਿੱਤੇ ਔਰ ਉਹ ਸਾਡੇ ਇੱਥੇ ਅਜੋਕਾ ਦੀ 40ਵੀਂ ਸਾਲਗਿਰਾ ਦੀ ਇੱਕ ਤਕਰੀਬ ਸੀ ਉਹਦੇ ਵਿੱਚ ਆਏ ਅਤੇ 5 ਲੋਕਾਂ ਦਾ ਇੱਕ ਡੈਲੀਗੇਸ਼ਨ ਹੈ ਅਤੇ ਕੇਵਲ ਧਾਲੀਵਾਲ ਜਿਹੜੇ ਨੇ ਬਹੁਤ ਉੱਥੇ ਅਜੋਕਾ ਦੇ ਨਾਲ ਅਤੇ ਬੜਾ ਉਹਨਾਂ ਦਾ ਨਾਂ ਹੈ ਪੰਜਾਬ ਦੇ ਆਡੀਅੰਸ ਇੱਥੇ ਉਹਨਾਂ ਨੇ ਪਲੇਸ ਵੀ ਕੀਤੇ ਨੇ ਫਿਰ ਆ ਕੇ ਡਾਇਰੈਕਟ ਵੀ ਕੀਤਾ ਫਿਰ ਡਿਜ਼ਾਈਨ ਵੀ ਕੀਤਾ ਲਾਈਟ ਡਿਜ਼ਾਈਨ ਵੀ ਕੀਤਾ ਵਰਕਸ਼ਾਪਸ ਕੀਤੀਆਂ ਨੇ ਸੋ ਬੜਾ ਉਹਨਾਂ ਦਾ ਕੰਮ ਹੈ ਉੱਥੇ ਤਾਂ ਖੈਰ ਹੀ ਇਜ਼ ਅ ਸੈਲੈਬ੍ਰਿਟੀ ਔਰ ਪੰਜਾਬ ਔਰ ਪੰਜਾਬ ਤੋਂ ਬਾਹਰ ਇਹਨਾਂ ਦਾ ਬੜਾ ਨਾਂ ਹੈ ਨੈਸ਼ਨਲ ਸਕੂਲ ਆਫ ਡਰਾਮਾ ਦੇ ਗ੍ਰੈਜੂਏਟ ਨੇ ਔਰ ਸੰਗੀਤ ਨਾਟਕ ਅਕੈਡਮੀ ਅਵਾਰਡ ਜਿਹੜਾ ਨੈਸ਼ਨਲ ਅਵਾਰਡ ਆਰਟਿਸਟਾਂ ਨੂੰ ਦਿੱਤਾ ਜਾਂਦਾ ਉਹ ਦਿੱਤਾ ਗਿਆ ਇਹਨਾਂ ਨੂੰ ਅਤੇ ਉੱਥੇ ਜਿਹੜੀ ਪੰਜਾਬ ਦੀ ਅਕੈਡਮੀ ਹੈ ਉਹਦੇ ਚੇਅਰਪਰਸਨ ਵੀ ਨੇ ਮੰਚ ਰੰਗ ਮੰਚ ਇਹਨਾਂ ਦਾ ਥੀਏਟਰ ਗਰੁੱਪ ਹੈ ਜਿਹੜਾ ਕਿ ਬਹੁਤ ਹੀ ਪ੍ਰੋਡਕਟਿਵ ਪ੍ਰੋਲੀਫਿਕ ਹੈ ਪੂਰੇ ਪੰਜਾਬ ਔਰ ਪੰਜਾਬ ਤੋਂ ਇਲਾਵਾ ਵੀ ਪਰਫੋਰਮ ਕਰਦੇ ਨੇ ਔਰ ਅਜੋਕਾ ਦੇ ਨਾਲ ਇਹਨਾਂ ਦੀ ਬੜੀ ਸਾਂਝ ਹੈ ਬਲਕਿ ਸਾਡੇ ਕੁਛ ਪਲੇਸ ਨੇ ਆਪਣੇ ਤੌਰ 'ਤੇ ਇਹਨਾਂ ਨੇ ਕਰਦੇ ਨੇ ਬੁੱਲਾ ਇੱਕ ਉਹਨਾਂ 'ਚ ਹੈ ਜਿਹੜਾ ਰੀਸੈਂਟਲੀ ਵੀ ਉੱਥੇ ਹੁੰਦਾ ਰਿਹਾ ਲੇਕਿਨ ਇਹਨਾਂ ਦੇ ਨਾਲ ਸਾਡੀ ਜਿਹੜੀ ਸਾਂਝ ਜੁੜੀ ਸੀ ਉਹਦੀ ਜ਼ਿੰਮੇਵਾਰੀ ਇੱਕ ਹੋਰ ਸ਼ਖਸੀਅਤ 'ਤੇ ਵੇ ਜਿਹੜੀ ਇਹਨਾਂ ਦੀ ਪਤਨੀ ਬਣੇ ਲੇਕਿਨ ਇਹ ਕਿ ਉਹਨਾਂ ਆਪਣੇ ਤੌਰ ਤੇ ਉਹਨਾਂ ਦਾ ਟਰਾਂਸਲੇਟਰ ਟਰਾਂਸਲਿਟਰੇਟਰ ਲਿਖਾਰੀ ਸ਼ਾਰਟ ਸਟੋਰੀ ਰਾਈਟਰ ਪ੍ਰੋਫੈਸਰ ਬੜਾ ਨਾਂ ਹੈ ਉਹਨਾਂ ਦਾ ਅਰਵਿੰਦਰ ਕੌਰ ਧਾਲੀਵਾਲ ਉਹ ਵੀ ਆਏ ਨੇ ਸਾਡੇ ਨਾਲ ਜੀ 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 ਔਰ ਇਹਨਾਂ ਨੇ ਸਭ ਤੋਂ ਪਹਿਲੇ ਮੇਰਾ ਇੱਕ ਕਲੈਕਸ਼ਨ ਸੀ ਕਹਾਣੀਆਂ ਦੀ ਖਸਮਾਂ ਖਾਣੀਆਂ ਜਿਹੜੇ ਫੈਮਿਨਿਸਟ ਪਲੇ ਸੀ 5 ਪੰਜਾਬੀ ਪਲੇ ਉਹ ਕਿੱਧਰੋਂ ਇਹਨਾਂ ਨੂੰ ਲੱਭ ਗਏ ਉਹਦੇ ਤੇ ਇਹਨਾਂ ਨੇ ਫਿਰ ਗੁਰਮੁਖੀ ਚ ਉਤਾਰਾ ਕੀਤਾ ਔਰ ਉਹਦੇ ਬਾਅਦ ਫਿਰ ਸਾਡਾ ਇੱਕ ਰਿਸ਼ਤਾ ਜਿਹੜਾ ਉਹ 30 ਸਾਲਾਂ ਤੋਂ ਜਾਰੀ ਹੈ ਤੇ ਉਹਦੇ ਨਾਲ ਇੱਕ ਹੋਰ ਕਪਲ ਹੈ ਉਹ ਵੀ ਇਕੁਅਲੀ ਡਿਸਟਿੰਗੁਇਸ਼ਡ ਕਪਲ ਹੈ ਉਹ ਅਨੀਤਾ ਦੇਵਗਨ ਜੀ ਨੇ ਜਿਹੜੀ ਥੀਏਟਰ ਦੀ ਬਹੁਤ ਪੁਰਾਣੀ ਮਤਲਬ ਇਹਨਾਂ ਦੀ ਜੁੜਤ ਹੈ ਕੇਵਲ ਜੀ ਦੇ ਗਰੁੱਪ ਦੇ ਨਾਲ ਵੀ ਔਰ ਇੰਡੀਪੈਂਡੈਂਟਲੀ ਵੀ ਫਿਰ ਹੈ ਕਿ ਫਿਲਮ ਟੈਲੀਵਿਜ਼ਨ ਵਿੱਚ ਬੜਾ ਪਾਪੂਲਰ ਨਾਂ ਹੈ ਇੱਥੇ ਵੀ ਬਾਹਰ ਜਾਓ ਤੇ ਲੋਕੀ ਪਛਾਣ ਲੈਂਦੇ ਨੇ ਔਰ
ਪਹਿਲੇ ਆਟੋਗ੍ਰਾਫਸ ਹੁੰਦੇ ਸੀ, ਹੁਣ ਸੈਲਫੀਆਂ ਚੱਲਦੀਆਂ ਤੇ ਬਹੁਤ ਇੱਕ ਪਾਪੂਲਰ ਹੈ ਨੇ ਕਲਾਕਾਰਾਂ, ਔਰ ਸਾਨੂੰ ਬੜੀ ਖੁਸ਼ੀ ਹੈ ਕਿ ਉਹ ਆਏ ਨੇ ਔਰ ਉਹ ਕਾਫੀ ਚਿਰ ਬਾਅਦ ਆਏ ਨੇ। ਇੱਕ ਪਹਿਲਾਂ ਸਾਡਾ ਪੰਜ ਪਾਣੀ ਫੈਸਟੀਵਲ ਹੋਇਆ ਸੀ ਇੱਕ ਸਾਲ ਪਹਿਲੇ, ਉਹਦੇ ਬਾਅਦ ਹੁਣ ਆਏ ਨੇ ਔਰ ਇਹਨਾਂ ਨੂੰ ਜੀ ਆਇਆਂ ਨੂੰ, ਔਰ ਉਹਨਾਂ ਦੇ ਨਾਲ ਨੇ ਹਰਦੀਪ ਗਿੱਲ, ਇਹ ਵੀ ਥੀਏਟਰ ਦਾ ਬਹੁਤ ਪੁਰਾਣਾ ਤਾਲ ਲੱਗੇ ਆਪਣਾ ਕੇਵਲ ਜੀ ਦੇ ਨਾਲ ਵੀ, ਔਰ ਫਿਰ ਇੰਡੀਪੈਂਡੈਂਟਲੀ ਔਰ ਫਿਲਮਾਂ, ਇਹ ਵੀ ਇੱਕ ਨੋਨ ਪਰਸਨੈਲਿਟੀ ਨੇ। ਸੋ ਇਹ ਚਾਰ ਲੋਕਾਂ ਦਾ ਇੱਕ ਬੜਾ ਇੱਕ ਰਿਪ੍ਰੈਜੈਂਟੇਟਿਵ ਗਰੁੱਪ ਹੈ, ਔਰ ਉਹਨਾਂ ਦੇ ਨਾਲ ਕੈਮਰੇ ਦੇ ਉੱਤੇ ਸਾਡਾ ਬਰਖੁਦਾਰ ਹੈ ਏਕਮ ਸਿੰਘ, ਜਿਹੜਾ ਕੇਵਲ ਔਰ ਰਵਿੰਦਰ ਦਾ ਪੁੱਤਰ ਹੈ, ਔਰ ਉਹਨੂੰ ਵੀ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ। ਥੈਂਕ ਯੂ ਹਕਾਨ ਸਾਹਿਬ, ਵਿਨੇਸ਼ ਜੀ ਫੋਰ ਇਨਵਾਈਟਿੰਗ ਅਸ ਹੇਅਰ, ਔਰ ਅੱਗੇ ਤੇ ਅਸੀਂ ਸਭ ਤੋਂ ਪਹਿਲੇ ਇਸ ਕਪਲ ਤੋਂ ਸ਼ੁਰੂ ਕਰ ਲੈਂਦੇ ਹਾਂ ਜੀ। ਤੁਸੀਂ ਆਪਣੇ ਬਾਰੇ ਦੱਸੋ, ਤੁਹਾਨੂੰ ਕੈਸਾ ਲੱਗਾ ਇੱਥੇ ਆ ਕੇ, ਔਰ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹਦੇ ਨਾਲ ਜਿਹੜੀ ਤੁਹਾਡੀ ਜੁੜਤ ਹੈ ਉਸ ਬਾਰੇ ਸਾਨੂੰ ਦੱਸ ਪਾਓ ਕੁਛ। ਜੀ ਬਹੁਤ ਸ਼ੁਕਰੀਆ, ਬਹੁਤ ਖੁਸ਼ੀ ਹੈ, ਔਰ ਇੱਥੇ ਆਉਣਾ ਲਾਹੌਰ ਵਿੱਚ ਤਾਂ ਇੱਦਾਂ ਹੀ ਹੁੰਦਾ ਕਿ ਆਪਣੇ ਇੱਕ ਘਰ 'ਚੋਂ ਉੱਠ ਕੇ ਦੂਜੇ ਘਰ ਦੇ ਵਿੱਚ ਆ ਗਏ, ਔਰ ਬੜੀ ਕਿਉਂਕਿ ਲੰਮੀ ਸਾਂਝ ਹੈ, ਔਰ ਦੋਨਾਂ ਮੁਲਕਾਂ ਦੀਆਂ ਜਿਵੇਂ ਕਹਿ ਲਓ ਕਿ ਜੜ੍ਹਾਂ ਵੀ ਸਾਂਝੀਆਂ ਨੇ, ਸਾਡੇ ਰਿਸ਼ਤੇ ਵੀ ਸਾਂਝੇ, ਸਾਡੀ ਬੋਲੀ ਸਾਂਝੀ ਹੈ, ਤੇ ਅੱਜ ਜਦੋਂ ਤੁਹਾਡੇ ਕੋਲ ਇੱਥੇ ਆਏ ਹਾਂ, ਔਰ ਪਿਲਾਕ ਦੀ ਇਹ ਬਿਲਡਿੰਗ ਔਰ ਸਾਰਾ ਤੁਹਾਡੇ ਕੰਮ ਕਾਰ ਦੇਖ ਕੇ ਜੋ ਤੁਸੀਂ ਕਰਦੇ ਹੋ ਪੰਜਾਬੀ ਮਾਂ ਬੋਲੀ ਵਾਸਤੇ, ਇਹ ਤੁਸੀਂ ਵੱਡੇ ਕੰਮ ਕਰ ਰਹੇ ਹੋ, ਔਰ ਮੈਂ ਸਮਝਦਾ ਕਿ ਜਿਵੇਂ ਹੁਣ ਤੁਹਾਡਾ FM 95 ਇਹ ਵੀ ਜਿਹੜਾ ਪੰਜਾਬ ਦਾ ਪੰਜਾਬ ਰੰਗ ਜਿਹੜਾ ਇਹ ਪ੍ਰੋਗਰਾਮ ਵੀ ਤੁਸੀਂ ਕਰਦੇ ਹੋ, ਔਰ ਕਮਾਲ ਦੀ ਗੱਲ ਹੈ ਕਿ ਇਸ ਤਰ੍ਹਾਂ ਦੇ ਪੰਜਾਬੀ ਮਾਂ ਬੋਲੀ ਲਈ ਇਸ ਤਰ੍ਹਾਂ ਦੇ ਕੰਮ ਹੋਣੇ, ਇਹ ਆਪਣੇ ਆਪ ਦੇ ਵਿੱਚ ਇੱਕ ਤੁਹਾਡੀ ਪ੍ਰਾਪਤੀ ਔਰ ਇਹ ਸਾਡੀ ਪ੍ਰਾਪਤੀ ਵੀ ਹੈ ਕਿ ਇਹੀ ਚੀਜ਼ ਜਿਹੜੀ ਹੈ ਕਿ ਦੋਨਾਂ ਮੁਲਕਾਂ ਦੇ ਵਿੱਚ ਬੜੀ ਵੱਡੀ ਸਾਂਝ ਬਣਾਉਂਦੀ ਹੈ, ਔਰ ਅਸੀਂ ਕਿਉਂਕਿ ਥੀਏਟਰ ਕਰਦੇ ਹਾਂ, ਰੰਗਮੰਚ ਕਰਦੇ ਹਾਂ, ਨਾਟਕ ਕਰਦੇ ਹਾਂ, ਔਰ ਮੇਰੀ ਤਾਂ ਲੰਬੀ 45 ਈਅਰ ਦੀ 45 ਸਾਲ ਲੰਬੀ ਜਰਨੀ ਹੈ ਸਿਰਫ ਥੀਏਟਰ ਦੀ ਜਿਹੜੀ, ਅਤੇ ਉਹਦੇ ਵਿੱਚ ਮੈਂ ਸਾਰੀ ਉਮਰ ਸਿਰਫ ਪੰਜਾਬੀ 'ਚ ਨਾਟਕ ਕੀਤੇ, ਦੁਨੀਆਂ ਦੇ ਕਿਸੇ ਮੁਲਕ ਵਿੱਚ ਵੀ ਜਾਵਾਂ 14-15 ਮੁਲਕਾਂ 'ਚ ਗਿਆ, ਹਿੰਦੁਸਤਾਨ ਦੇ ਹਰ ਸਟੇਟ ਵਿੱਚ ਮੈਂ ਨਾਟਕ ਖੇਡਿਆ, ਅਤੇ ਪਰ ਨਾਟਕ ਮੈਂ ਪੰਜਾਬੀ 'ਚ ਹੀ ਖੇਡਿਆ। ਠੀਕ ਹੈ, ਕਿ ਇਹ ਵੀ ਸਾਡੀ ਆਪਣੀ ਜੜ੍ਹਾਂ ਨਾਲ ਜੁੜਨ ਦੀ, ਸਾਨੂੰ ਪਤਾ ਕਿ ਆਪਣੀ ਮਾਂ ਬੋਲੀ ਦੇ ਵਿੱਚ ਅਸੀਂ ਜਿਹੜਾ ਐਕਸਪ੍ਰੈਸ਼ਨ ਦੇ ਸਕਦੇ ਹਾਂ ਸ਼ਾਇਦ ਕਿਤੇ ਹੋਰ ਨਹੀਂ। ਤੁਸੀਂ ਹੁਣ ਸਾਨੂੰ ਆਪਣਾ ਤਾਰਫ ਵੀ ਕਰਾਓ, ਨਾਲੇ ਗੱਲਬਾਤ ਵੀ ਕਰੋ, ਅਤੇ ਨਾਲੇ ਸਾਨੂੰ ਦੱਸੋ ਤੁਹਾਨੂੰ ਕੈਸਾ ਲੱਗਿਆ, ਥੋੜ੍ਹਾ ਜਿਹਾ ਮਾਈਕ ਦੇ ਕੋਲ ਹੋ ਜਾਓਗੇ ਤੇ। ਸਤਿ ਸ਼੍ਰੀ ਅਕਾਲ ਜੀ, ਮੈਂ ਅਨੀਤਾ ਦੇਵਗਨ, ਪੰਜਾਬੀ ਥੀਏਟਰ ਤੋਂ, ਅੰਮ੍ਰਿਤਸਰ ਤੋਂ, ਅਤੇ ਪੰਜਾਬੀ ਫਿਲਮਾਂ ਤੋਂ। ਹਾਂਜੀ, ਅਸੀਂ ਜਦੋਂ 20 ਸਾਲ ਪਹਿਲਾਂ ਆਏ ਸੀਗੇ ਉਦੋਂ ਇੰਜ ਨਹੀਂ ਸੀ ਮਹਿਸੂਸ ਹੋਇਆ ਜਿਵੇਂ ਐਤਕੀ ਹੋਇਆ ਜ਼ਿਆਦਾ, ਕਿ ਇੱਥੇ ਪੰਜਾਬੀ ਤਾਂ ਜਿਵੇਂ ਤੁਸੀਂ ਸਾਰੇ ਲੋਕ ਇੰਨਾ ਅੱਛਾ ਕੰਮ ਕਰ ਰਹੇ, ਔਰ ਜਿੰਨੇ ਲੋਕ ਹੁਣ ਇੱਥੇ ਪੰਜਾਬੀ ਬੋਲਣ ਲੱਗ ਪਏ, ਜਿਵੇਂ ਅੱਜ ਆਪਾਂ ਖਾਣਾ ਖਾਂਦਿਆਂ ਵੀ ਗੱਲ ਕਰ ਰਹੇ ਸੀਗੇ ਕਿ ਸਾਡੇ ਬੱਚੇ ਇੱਥੋਂ ਦੇ ਜਿਹੜੇ ਉਹ ਵੀ ਪੰਜਾਬੀ ਨਾਲ ਜੁੜਨ ਲੱਗ ਪਏ, ਅਤੇ ਸਾਡੇ ਘਰ ਦੇ ਵਿੱਚ ਵੀ ਇੰਜ ਹੀ ਹੋਇਆ ਜੀ। ਅੱਛਾ ਜੀ, ਸਾਡਾ ਆਪਣਾ ਬੱਚਾ ਜਦੋਂ ਉਹ ਛੋਟਾ ਸੀਗਾ ਤਾਂ ਸਕੂਲ 'ਚ ਇਹ ਕਿਹਾ ਜਾਂਦਾ ਸੀ ਕਿ ਪੰਜਾਬੀ ਨਹੀਂ ਬੋਲਣੀ, ਫਾਈਨ ਕਰਾਂਗੇ, ਤਾਂ ਉੱਥੇ ਤਾਂ ਹਿੰਦੀ ਦੇ ਵਿੱਚ ਹੀ ਗੱਲ ਕਰਨੀ ਜਾਂ ਇੰਗਲਿਸ਼ 'ਚ ਗੱਲ ਕਰਨੀ, ਅਤੇ ਉਹਨੂੰ ਆਦਤ ਪੈ ਗਈ, ਅਤੇ ਸਾਡਾ ਬੜਾ ਵੱਡਾ ਫਿਕਰ ਸੀਗਾ ਕਿ ਅਸੀਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਦੋ ਜਾਣੇ ਉਹਦੇ ਨਾਲ ਗੱਲਾਂ ਕਰਦੇ ਘਰ 'ਚ ਪੰਜਾਬੀ 'ਚ, ਅਤੇ ਘਰ ਤੋਂ ਬਾਹਰ ਜਿਹੜੀ ਉਹ ਭਾਸ਼ਾ ਬੋਲ ਰਿਹਾ ਉਹ ਭਾਸ਼ਾ ਉਹਦੇ 'ਤੇ ਹਾਵੀ ਵੀ ਹੋ ਰਹੀ ਹੈ ਜ਼ਿਆਦਾ। ਫਿਰ ਉਹਨੇ ਪੰਜਾਬੀ ਗਾਣੇ ਸੁਣਨੇ ਸ਼ੁਰੂ ਕੀਤੇ, ਪੰਜਾਬੀ ਫਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ, ਅਤੇ ਫਿਰ ਇੱਕਦਮ ਚੀਜ਼ਾਂ ਬਦਲੀਆਂ, ਇੱਥੋਂ ਤੱਕ ਕਿ ਉਹਨੇ ਪੰਜਾਬੀ ਦੇ ਉੱਤੇ ਲੈਂਗੁਏਜ ਨੂੰ ਸਿੱਖਣਾ ਸ਼ੁਰੂ ਕੀਤਾ, ਔਰ ਫਿਰ ਉਹਨੇ ਇੱਕ ਦਿਨ ਉਹ ਅਮੈਰੀਕਾ
ਪੜ੍ਹ ਰਿਹਾ ਨਿਊਯਾਰਕ ਫਿਲਮ ਅਕੈਡਮੀ 'ਚ, ਅਤੇ ਉਹਦਾ ਫੋਨ ਆਇਆ ਕਿ ਮੈਨੂੰ ਨਾ ਓਰੀਜਨਲ ਵਾਲੀ ਹੀਰ ਲੈ ਕੇ ਭੇਜੋ। ਕੇਵਲ ਭਾਜੀ ਨੇ ਓਹਦੇ ਲਈ ਉਹ ਕਿਤਾਬ ਜਿਹੜੀ ਆ ਉਹ ਤੋਹਫੇ ਦੇ ਤੌਰ ਦੇ ਉੱਤੇ ਮੈਨੂੰ ਦਿੱਤੀ, ਤੇ ਮੈਂ ਉਹਨੂੰ ਕਿਹਾ ਮੈਂ ਕਿ ਤੈਨੂੰ ਇਕਦਮ ਹੀਰ ਨਾ ਔਖੀ ਲੱਗੇਗੀ, ਤੂੰ ਸਿੱਧੀ ਕਿਤਾਬ ਤੋਂ ਪੜ੍ਹੇਗਾ, ਤੇ ਇਹਦੇ ਪਹਿਲੇ ਤਿੰਨ ਚਾਰ ਪੇਜ ਨੇ ਉਹਨਾਂ ਤੇ ਉਹਦੀ ਕਹਾਣੀ ਲਿਖੀ ਹੈ, ਜਾਂ ਮੈਂ ਤੈਨੂੰ ਕਿਸੇ ਫਿਲਮ ਦਾ ਲਿੰਕ ਭੇਜਦੀ ਹਾਂ ਤੇ ਤੂੰ ਉਹ ਦੇਖ ਪਹਿਲੋਂ। ਕਹਿੰਦਾ ਨਹੀਂ ਮੈਂ ਉਹੀ ਪੜ੍ਹਨੀ ਆ। ਤਾਂ ਅਸੀਂ ਬੜੇ ਇਮੋਸ਼ਨਲ ਹੋ ਗਏ ਉਸ ਦਿਨ, ਤੇ ਸਾਨੂੰ ਲੱਗਾ ਕਿ ਠੀਕ ਆ ਸਾਡੀ ਅਗਲੀ ਪੀੜ੍ਹੀ ਬਚ ਰਹੀ ਆ, ਹੈਨਾ, ਕਿ ਉਹ ਬੱਚਾ ਜਿਹੜਾ ਪੰਜਾਬੀ 'ਚ ਗੱਲ ਕਰਨੀ ਵੀ ਪਸੰਦ ਨਹੀਂ ਸੀ ਕਰਦਾ, ਜੇ ਉਹ ਅੱਜ ਮੰਗ ਕੇ ਹੀਰ ਦੀ ਕਿਤਾਬ ਵਾਰਸ ਸ਼ਾਹ ਦੀ ਹੀਰ ਪੜ੍ਹਨਾ ਚਾਹੁੰਦਾ ਹੈ, ਤੇ ਇਹਦੇ ਨਾਲੋਂ ਵੱਡੀ ਹੋਰ ਕੀ ਚੀਜ਼ ਹੋ ਸਕਦੀ। ਤੇ ਹੁਣ ਉਹ ਬਹੁਤ ਸਾਰੀ ਪੰਜਾਬੀ ਅੱਛੀ ਬੋਲਣ ਲੱਗ ਪਿਆ, ਜਿਹੜੇ ਸ਼ਬਦ ਉਹਨੂੰ ਨਹੀਂ ਸਮਝ ਆਉਂਦੇ ਉਹ ਪੁੱਛਦਾ ਹੈ, ਫਿਰ ਉਹਨਾਂ ਨੂੰ ਆਪਣੀ ਕਾਪੀ 'ਚ ਨੋਟ ਕਰਦਾ, ਫਿਰ ਯਾਦ ਰੱਖਦਾ, ਫਿਰ ਵਰਤਦਾ ਹੈ, ਤੇ ਕਈ ਵਾਰੀ ਗਲਤ ਥਾਂ 'ਤੇ ਵੀ ਵਰਤ ਜਾਂਦਾ, ਪਰ ਸਾਨੂੰ ਹੁੰਦਾ ਕਿ ਚਲੋ ਵਰਤ ਰਿਹਾ ਉਹਨੇ ਯਾਦ। ਫਿਲਮ 'ਚ ਤੁਹਾਨੂੰ ਕੀ ਫਰਕ ਲੱਗਾ ਜੀ? ਥੀਏਟਰ ਤਾਂ ਬਹੁਤ ਮਿਹਨਤ ਵਾਲੀ ਚੀਜ਼ ਆ ਜੀ, ਬਹੁਤ ਰਿਹਰਸਲਸ, ਔਰ ਜਿੱਥੇ ਗੁਰੂ ਐਡਾ ਸਖਤ ਹੋਵੇ ਉੱਥੇ ਰਸਲਾਂ ਵੀ ਬੜੀਆਂ ਸਖਤ ਹੁੰਦੀਆਂ। ਕਹਿੰਦੇ ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜਾਪ, ਕੋਈ ਐਸੀ ਗੱਲ ਨਹੀਂ। ਉਹ ਤੇ ਮੈਡਮ ਵੱਲ ਅਸੀਂ ਜਾਂਦੇ ਹਾਂ ਹੁਣ ਜਨਾਬ, ਤੇ ਉਹਨਾਂ ਨੂੰ ਪੁੱਛਦੇ ਹਾਂ। ਮੈਡਮ ਜੀ, ਆਪਣਾ ਤੁਸੀਂ ਇੱਕ ਵਾਰੀ ਤਾਰਫ ਵੀ ਕਰਵਾਉਣਾ ਤੇ ਤੁਸੀਂ ਸਾਡੇ ਨਾਲ ਗੱਲਬਾਤ ਵੀ ਸਾਂਝੀ ਕਰਨੀ ਹੈ। ਜੀ ਜੀ, ਤੁਸੀਂ ਸਵਾਲ ਪੁੱਛ ਲਓ ਪਹਿਲਾਂ। ਮੇਰਾ ਨਾਮ ਅਰਵਿੰਦਰ ਕੌਰ ਧਾਲੀਵਾਲ ਹੈ ਜੀ। ਅਰਵਿੰਦਰ ਜੀ, ਤੁਸੀਂ ਡਰਾਮਾ ਕਰਦੇ ਹੋ, ਤੁਸੀਂ ਵੀ ਥੀਏਟਰ ਨਾਲ ਮੁਨਸਲਿਕ ਹੋ? ਜੀ, ਮੈਂ ਨਾਟਕ ਦੇ ਉੱਤੇ, ਮੇਰੀ PhD ਹੈ, ਔਰ ਜਿਹੜੀ ਅਜੋਕਾ ਦੇ ਨਾਲ ਸਾਡੀ ਇੱਕ ਬੇਸਿਕ ਸਾਂਝ ਹੈ, ਉਹ ਖਸਮਾਂ ਖਾਣੀਆਂ ਕਿਤਾਬ ਜਿਹੜੀ ਆ ਉਹਦਾ ਉਲਥਾ ਮੈਂ ਕਰਿਆ ਸੀਗਾ। ਫਿਰ ਉਸ ਤੋਂ ਬਾਅਦ ਸ਼ਾਹਿਦ ਭਾਈ ਦੇ ਤਕਰੀਬਨ 2016 ਤੱਕ ਦੇ ਸਾਰੇ ਨਾਟਕ ਜਿਹੜੇ ਹੈ ਉਹ ਉਲਥਾ ਕਰ ਲਏ, ਅਨੁਵਾਦ ਵੀ ਕਰ ਲਏ, ਯਾਨੀ ਉਹ ਛਪ ਗਈਆਂ ਕਿਤਾਬਾਂ ਦੇ ਰੂਪ ਵਿੱਚ। ਇਸ ਤਰ੍ਹਾਂ ਮੈਂ ਨਾਟਕ ਨਾਲ ਜੁੜੀ ਹੋਈ ਸੀ, ਨਾਟਕ ਦੇ ਕ੍ਰਿਟੀਸਿਜ਼ਮ ਨਾਲ ਜੁੜੀ ਹੋਈ ਸੀ, ਫਿਰ ਹੌਲੀ ਹੌਲੀ ਕਰਕੇ ਮੈਂ ਕਹਾਣੀ ਵੱਲ ਮੁੜ ਗਈ, ਤਾਂ ਇਸ ਵਕਤ ਮੈਂ ਪੰਜਾਬੀ ਦੇ ਵਿੱਚ ਕਹਾਣੀ ਲਿਖ ਰਹੀ ਹਾਂ। ਬਹੁਤ ਅੱਛੇ ਜੀ, ਤੇ ਕੀ ਫਰਕ ਪਿਆ ਜੀ ਅੱਜ ਦੇ ਨਾਟਕ 'ਚ ਤੇ ਜਿਹੜਾ ਪੁਰਾਣਾ ਨਾਟਕ ਸੀ ਸਾਡਾ ਹੋ ਰਿਹਾ ਉਹਦੇ 'ਚ? ਅੱਜ ਅਸੀਂ ਨਵੀਆਂ ਟੈਕਨੀਕਸ ਵੀ ਯੂਜ਼ ਕਰਦੇ ਹਾਂ, ਜਿਵੇਂ ਲਾਈਟ ਇਫੈਕਟਸ ਨਾਲ ਖੇਡ ਲੈਂਦੇ ਹਾਂ, ਹੋਰ ਪਿੱਛੇ ਸਾਡੇ ਕੋਲ ਬਹੁਤ ਸਾਰੇ ਇਫੈਕਟਸ ਨੇ ਜਿਹੜੇ ਅਸੀਂ ਪਾ ਲੈਂਦੇ ਹਾਂ, ਤੇ ਉਹ ਤੇ ਪੁਰਾਣੇ ਥੀਏਟਰ 'ਚ ਤੇ ਹੁੰਦੇ ਥੀਏਟਰ 'ਚ ਕੀ ਫਰਕ ਪਿਆ ਜੀ? ਜੀ ਜੀ, ਉਹੀ ਇੱਕ ਮੇਜਰ ਫਰਕ ਹੈਗਾ ਕਿ ਜਿਉਂ ਜਿਉਂ ਤਕਨੀਕ ਦਾ ਵਿਕਾਸ ਹੁੰਦਾ ਜਾਏਗਾ ਤਿਉਂ ਤਿਉਂ ਉਸ ਤੇ ਹਾਵੀ ਵੀ ਹੋਏਗੀ ਤੇ ਉਹਦਾ ਇਸਤੇਮਾਲ ਵੀ ਉਸ ਦੇ ਵਿੱਚ ਵੱਧਦਾ ਜਾਏਗਾ। ਇਹੀ ਇੱਕ ਮੇਜਰ ਫਰਕ ਜਿਹੜਾ ਹੈ ਉਹ ਨਾਟਕ ਦੇ ਵਿੱਚ ਪਿਆ। ਬਾਕੀ ਉਹ ਤਾਂ ਇੱਕ ਵਾਰੀ ਉਹ ਹੋਣਾ ਹੁੰਦਾ ਹੈ, ਸਾਹਮਣੇ ਜੋ ਕੁਝ ਵਾਪਰ ਗਿਆ ਉਹਦਾ ਰੀਟੇਕ ਨਹੀਂ ਹੁੰਦਾ, ਤੇ ਉਹ ਨਾਟਕ ਦੀ ਇਹ ਸੁਵਿਧਾ ਤਾਂ ਹਮੇਸ਼ਾ ਹੀ ਇਸ ਤਰ੍ਹਾਂ ਬਣੀ ਰਹੇਗੀ ਜੀ। ਅਜੋਕਾ ਨਾਲ ਤੁਹਾਡਾ ਕਿਸ ਤਰ੍ਹਾਂ ਤਾਲੁਕ ਬਣਿਆ? ਅਜੋਕਾ ਨਾਲ ਸਾਡਾ ਤਾਲੁਕ ਬਣਿਆ ਸੀਗਾ ਖਸਮਾਂ ਖਾਣੀਆਂ ਕਿਤਾਬ ਦੇ ਰਾਹੀਂ। ਮੈਂ ਉਰਦੂ ਫਾਰਸੀ ਪੜ੍ਹੀ ਹੋਈ ਸੀਗੀ ਯੂਨੀਵਰਸਿਟੀ ਪੜ੍ਹਨ ਦੇ ਦੌਰਾਨ, ਤਾਂ ਇੱਕ ਕਿਤਾਬ ਮਿਲੀ ਸੀ ਸ਼ਗਨ ਦੇ ਵਿੱਚ, ਭਾਜੀ ਗੁਰਸ਼ਨ ਸਿੰਘ ਮੇਰੇ ਹਸਬੈਂਡ ਦੇ ਉਸਤਾਦ ਨੇ ਉਹ, ਤਾਂ ਉਹਨਾਂ ਨੇ ਕਿਤਾਬ ਦਿੱਤੀ ਜੀ, ਉਹਨਾਂ ਨੇ ਕਿਹਾ ਕਿ ਮਤਲਬ ਤੂੰ ਜੀ ਕਿ ਤੂੰ ਇਹ ਪੜ੍ਹ ਕੇ ਦਿਖਾ ਵੀ ਇਹ ਕੀ ਲਿਖਿਆ ਇਹਦੇ ਤੇ, ਜਿਵੇਂ ਹੁਣੇ ਸ਼ਾਹਿਦ ਜੀ ਪੁੱਛ ਰਹੇ ਸੀ, ਤਾਂ ਜਿਵੇਂ ਹੁਣ ਸ਼ਾਹਿਦ ਭਾਈ ਕਹਿ ਰਹੇ ਸੀ ਕਿ ਇਹਨਾਂ ਦਾ ਇਮਤਿਹਾਨ ਹੈ, ਇਹ ਪੜ੍ਹ ਕੇ ਦਿਖਾਉਣ ਵੀ ਕੀ ਲਿਖਿਆ ਹੋਇਆ, ਤਾਂ ਉਹਨਾਂ ਨੇ ਵੀ ਇਹ ਕਿਹਾ ਸੀ ਵੀ ਤੇਰਾ ਇਮਤਿਹਾਨ ਹੈ, ਪੜ੍ਹ ਕੇ ਦਿਖਾਏ ਕੀ ਲਿਖਿਆ। ਮੈਂ ਜੋੜ ਜੋੜ ਕੇ ਪੜ੍ਹਿਆ ਸੀ ਕਿਉਂਕਿ ਦੇਰ ਹੋ ਗਈ ਸੀ ਪੜ੍ਹੇ ਨੂੰ, ਪਰ ਹੁਣ ਤਾਂ ਖੈਰ ਇੰਨੀ ਕੁ ਜ਼ਿਆਦਾ ਅੱਛੀ ਬਣ ਗਈ ਹੈ ਗੱਲਬਾਤ ਕਿ ਹੁਣ ਤਾਂ ਲਿਖ ਵੀ ਲੈਂਦੀ ਹਾਂ, ਪੜ੍ਹਦੀ ਵੀ ਫਸਟ ਕਲਾਸ ਆ, ਕੋਈ ਮਸਲਾ ਨਹੀਂ ਹੈਗਾ ਜੀ। ਗਿੱਲ ਸਾਹਿਬ ਨੂੰ ਮਾਈਕ ਦਿੰਦੇ ਹਾਂ,
ਤੇ ਗਿੱਲ ਜੀ ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ ਤੇ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਬਹੁਤ ਮਜ਼ਾ ਆ ਰਿਹਾ ਜੀ। ਜੀ ਕੱਲ੍ਹ ਦੇ ਲਾਹੌਰ ਆਏ ਹੁਣੇ ਔਰ ਜਾਣ ਦਾ ਵੇਲਾ ਆ ਗਿਆ ਅਤੇ ਜੀ ਨਹੀਂ ਜਾਣ ਨੂੰ ਕਰਦਾ। ਹਾਂ ਬਿਲਕੁਲ ਜੀ ਬਿਲਕੁਲ, ਹਾਂ ਬਿਲਕੁਲ ਜੀ, ਲਾਹੌਰ ਦੀ ਜਿਹੜੀ ਮਹਿਮਾ ਉਹਨੂੰ ਸ਼ਬਦਾਂ 'ਚ ਨਹੀਂ ਬਿਆਨ ਕੀਤਾ ਜਾ ਸਕਦਾ। ਕੱਲ੍ਹ ਮੈਂ ਬੈਠੇ ਹੋਏ ਸੀ ਆਪਾਂ ਪਰਸੋਂ ਜਦੋਂ ਖਾਣਾ ਖਾ ਰਹੇ ਤੇ ਫੇਸਬੁੱਕ ਦੇ ਉੱਤੇ ਮੈਂ ਉਹ ਫੋਟੋ ਪਾ ਦਿੱਤੀ, ਭਾਅ ਜੀ ਹੋਰਾਂ ਨੇ ਫੋਟੋ ਖਿੱਚੀ ਸੀ ਅਤੇ ਮੈਂ ਲਿਖਿਆ ਕਿ ਬੰਦੇ ਬੀਬੇ ਰਾਣੇ ਅਤੇ ਲਾਹੌਰ ਦੇ ਸਾਰੇ ਰੰਗ ਸੁਹਾਣੇ, ਅਤੇ ਥੱਲੇ ਮੇਰੇ ਖਿਆਲ 'ਚ ਪਤਾ ਨਹੀਂ ਕਿੰਨੇ ਲੋਕਾਂ ਨੇ ਕਮੈਂਟ ਪਾਏ ਨੇ ਕੋਈ ਦੁਨੀਆ ਭਰ ਤੋਂ। ਹਾਂਜੀ, ਅਤੇ ਜਿੱਥੇ ਪੰਜਾਬੀਆਂ ਦਾ ਪੈਰ ਜੀ ਉੱਥੇ ਹਮੇਸ਼ਾ ਖੈਰ ਜੀ, ਅਤੇ ਇਹ ਆਪਣੀ ਧਰਤੀ ਹੈ, ਆਪਣਾ ਦੇਸ਼ ਹੈ, ਆਪਣੀ ਉਹ ਹੈ ਨਾ ਜੀ, ਕੋਈ ਸੁਰਖ ਗੁਲਾਬ ਹੋਵੇ ਰੱਬਾ ਤੇਰੇ ਕੋਲ ਆਈਏ, ਇਨਸ਼ਾਅੱਲਾ ਉੱਥੇ ਵੀ ਪੰਜਾਬ ਹੋਵੇ। ਸਾਡੇ ਲਈ ਸਭ ਤੋਂ ਵੱਧ ਮਾਣ ਵਾਲੀ ਗੱਲ ਹਮੇਸ਼ਾ ਰਹੂਗੀ ਸਾਡੀ ਜਦ ਤੱਕ ਅਸੀਂ ਜਿਉਂਦੇ ਹਾਂ ਜੀ, ਕਿ ਲਾਹੌਰ ਜਿਹੜਾ ਸਾਡਾ ਸੁਪਨਿਆਂ ਦੇ ਵਿੱਚ ਇੱਕ ਸੋਹਣਾ ਦੇਸ਼ ਸੁਣਿਆ, ਜਿਹਦੇ ਬਾਰੇ ਹਮੇਸ਼ਾ ਸਾਡੇ ਵੱਡਿਆਂ ਨੇ ਗੱਲਾਂ ਕੀਤੀਆਂ, ਅਤੇ ਉਸ ਲਾਹੌਰ ਦੇ ਵਿੱਚ ਆਉਣ ਦਾ ਸਬੱਬ ਜਿਹੜਾ ਉਹ ਮਦੀਹਾ ਗੌਰ ਅਤੇ ਸ਼ਾਹਿਦ ਨਦੀਮ ਅਤੇ ਅਜੋਕਾ ਬਣਿਆ, ਅਤੇ ਜਿੰਨੀ ਵਾਰੀ ਵੀ ਅਸੀਂ ਆਏ ਇਹਨਾਂ ਦੀ ਵਜ੍ਹਾ ਕਰਕੇ ਆਏ, ਅਤੇ ਅਸੀਂ ਹਮੇਸ਼ਾ ਇਹਨਾਂ ਦੇ ਸ਼ੁਕਰ ਗੁਜ਼ਾਰ ਰਹਾਂਗੇ। ਕਿ ਕਹਿੰਦੇ ਨੇ ਨਾ ਜਿਹੜਾ ਲਾਹੌਰ ਨਹੀਂ ਜਿੰਨੇ ਦੇਖਿਆ ਉਹ ਜੰਮਿਆ ਨਹੀਂ, ਅਤੇ ਅਸੀਂ ਜੰਮ ਪਏ। ਬਾਕੀ ਬੜੀ ਖੁਸ਼ੀ ਹੁੰਦੀ ਹੈ ਜੀ ਕਿ ਸਾਡੀ ਇੱਥੇ ਫਿਲਮ ਵੀ ਲੱਗੀ ਹੋਈ ਹੈ ਇੱਕ, ਸ਼ਿੰਦਾ ਸ਼ਿੰਦਾ ਨੋ ਪਾਪਾ। ਹਾਂਜੀ, ਅਤੇ ਕੱਲ੍ਹ ਅਸੀਂ ਗਏ ਸੀ ਉੱਥੇ ਉਹਦੀ ਪ੍ਰਮੋਸ਼ਨ ਵਾਸਤੇ ਵੀ, ਅਤੇ ਬਹੁਤ ਪਿਆਰ ਮਿਲਿਆ। ਅੱਛਾ, ਇਸੇ ਤਰ੍ਹਾਂ ਬਹੁਤ ਸਮਾਂ ਪਹਿਲਾਂ ਮੈਨੂੰ ਯਾਦ ਹੈ ਕਿ ਸਾਡੀ ਬੈਲਟ ਦੇ ਵਿੱਚ ਪਾਕਿਸਤਾਨ ਟੈਲੀਵਿਜ਼ਨ ਬਹੁਤ ਅਸੀਂ ਦੇਖਦੇ ਸੀ, ਪੁਰਾਣੇ ਜਿਹੜੇ ਪਲੇਸ ਹੁੰਦੇ ਸੀਗੇ, ਅੰਧੇਰਾ ਉਜਾਲਾ, ਹਾਂਜੀ, ਤਨਹਾਈਆਂ ਵਗੈਰਾ ਸਾਰਾ, ਅਤੇ ਬਹੁਤ ਸਾਰੇ ਜਿਹੜੇ ਉਸੇ ਦੌਰ 'ਚ ਜੀ ਜੀ ਤੇ ਸਨ ਜੀ ਜੀ, ਅਤੇ ਬਹੁਤ ਵੱਡੇ ਫਨਕਾਰ ਜਿਹੜੇ ਸੀ ਜਨਾਬਦ ਅਲੀ ਸਾਹਿਬ, ਮੁਹੰਮਦ ਕਵੀ ਖਾਨ, ਇਰਫਾਨ ਅਲੀ ਖੁਸ਼ ਸਾਹਿਬ, ਸਾਰਿਆਂ ਨੂੰ ਅਸੀਂ ਜਾਣਦੇ ਸੀ। ਅੱਜ ਵੀ ਮਤਲਬ ਅਸੀਂ ਦੇਖਦੇ ਹਾਂ, ਅਤੇ ਜਦੋਂ 2004 ਦੇ ਵਿੱਚ ਇੱਧਰ ਆਉਣ ਦਾ ਸਬੱਬ ਬਣਿਆ ਜੀ, ਉਸ ਤੋਂ ਬਾਅਦ ਮੈਨੂੰ ਬਹੁਤ ਸਾਰੇ ਨਾਸਰ ਚਨੌਟੀ ਸਾਹਿਬ ਹੋਰਾਂ ਨਾਲ, ਇਫਤਖਾਰ ਠਾਕਰ ਸਾਹਿਬ ਹੋਰਾਂ ਨਾਲ, ਚੱਲ ਮੇਰਾ ਪੁੱਤ ਫਿਲਮ ਵਗੈਰਾ ਕੰਮ ਜਿਹੜੀ ਉਹਦੀ 3 ਸੀਰੀਜ਼ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਅਤੇ ਇਹ ਸਾਡਾ ਸੁਪਨਾ ਹੁੰਦਾ ਸੀ ਕਿ ਅਸੀਂ ਲਾਹੌਰ ਜਾਵਾਂਗੇ, ਇਹਨਾਂ ਲੋਕਾਂ ਨੂੰ ਮਿਲਾਂਗੇ, ਅਤੇ ਮੈਂ ਸਮਝਦਾ ਕਿ ਸੁਪਨੇ ਆਉਂਦੇ ਤਾਂ ਨੇ ਕਿਉਂਕਿ ਉਹਨਾਂ ਨੇ ਸੱਚ ਹੋਣਾ ਹੁੰਦਾ, ਅਤੇ ਇਹ ਸੁਪਨਾ ਜਿਹੜਾ ਸੱਚ ਹੋਇਆ ਕੇਵਲ ਭਾਅ ਜੀ ਹੋਰਾਂ ਔਰ ਅਜੋਕਾ ਥੀਏਟਰ ਦੀ ਬਦੌਲਤ। ਅਤੇ ਬਹੁਤ ਮਸ਼ਹੂਰ ਔਰ ਬਹੁਤ ਖੁਸ਼ ਹਾਂ, ਔਰ ਬਹੁਤ ਭਰੇ ਹੋਏ ਮਤਲਬ ਜਾ ਰਹੇ ਹਾਂ, ਰੱਜੇ ਹੋਏ ਜਾ ਕੇ ਦਿਲ ਸਲਾਮਤ ਹੋ ਜੀ, ਜਿਉਂਦੇ ਵਸਦੇ ਰਹੋ, ਤੁਹਾਡਾ ਆਉਣਾ ਸਿਰੱਖਣ ਅਤੇ ਧੰਨ ਭਾਗ ਸਾਡੇ ਕਹਿੰਦੇ ਨਾ ਗਿੜੀ ਕਰਨ ਰਹਿਣ ਵਾਲੀ, ਜਿਉਂਦੇ ਵਸਦੇ ਰਹੋ। ਅਤੇ ਇਹਦੇ ਨਾਲ ਹੀ ਅਸੀਂ ਇਜਾਜ਼ਤਾਂ ਲੈਂਦੇ ਹਾਂ, ਅਤੇ ਡਾਕਟਰ ਸਾਡੇ ਮੈਡਮ ਬੀਨਿਸ਼ ਫਾਤਮਾ ਸਾਹਿਬ ਹੋਰੀ ਤੁਹਾਨੂੰ ਜਿਹੜਾ ਨਾ ਸ਼ੁਕਰਵੰਦੀ ਕਰਦੇ ਹਾਂ ਤੁਹਾਡੀ ਜੀ। ਬਹੁਤ ਮਿਹਰਬਾਨੀ ਜੀ, ਮੈਂ ਆਪਣੇ ਮਹਿਮਾਨਾਂ ਨੂੰ ਤਾਂ ਜ਼ਾਹਿਰ ਹੈ ਜਿਸ ਤਰ੍ਹਾਂ ਤੁਸੀਂ ਵੀ ਉਹਨਾਂ ਨੂੰ ਜੀ ਆਇਆਂ ਨੂੰ ਆਖਿਆ, ਔਰ ਮੈਂ ਖਾਸ ਤੌਰ 'ਤੇ ਸ਼ਾਹਿਦ ਨਦੀਮ ਸਾਹਿਬ ਦਾ ਸ਼ੁਕਰੀਆ ਅਦਾ ਕਰਾਂਗੀ, ਜਿਨ੍ਹਾਂ ਦੀ ਬਦੌਲਤ ਸਾਡੇ ਇਤਨੇ ਸੋਹਣੇ ਮਹਿਮਾਨ ਜਿਹੜੇ ਨੇ ਉਹਨਾਂ ਨੂੰ ਫਿਲਾ ਕੇ ਆਏ, ਔਰ ਫਿਲਾ ਕੇ ਸਾਨੂੰ ਉਹਨਾਂ ਨੂੰ ਵਿਖਾਉਣ ਦਾ ਮੌਕਾ ਮਿਲਿਆ। FM 'ਤੇ ਅਸੀਂ ਖਿੱਚ ਕੇ ਲਿਆ ਹੈ ਇਹਨਾਂ ਨੂੰ, ਇਟ ਵਾਜ਼ ਨੋਟ ਪਲੈਨਡ, ਪਰ ਅਸੀਂ ਕਿਹਾ ਚਲੋ ਜੀ ਤੁਸੀਂ ਆਇਓ ਅਤੇ ਸਿਰਫ ਅਸੀਂ ਕਿਉਂ ਤੁਹਾਡੀ ਮੌਜੂਦਗੀ ਦਾ ਦੇ ਨਾਲ ਜਿਹੜਾ ਹੈ ਮੁਸਤਫੀਦ ਹੋਈਏ। ਸਾਡੇ ਸੁਣਨ ਵਾਲੇ ਜਿਹੜੇ ਨੇ ਸਾਰੇ ਜਿਤਨੀ ਜਗ੍ਹਾ ਤੋਂ ਵੀ ਸੁਣ ਰਹੇ ਨੇ, ਸਾਰਿਆਂ ਨੂੰ ਅਸੀਂ ਤੁਹਾਡੇ ਨਾਲ ਇੱਕ ਮੁਲਾਕਾਤ ਕਰਾ ਦਈਏ, ਔਰ ਅਸੀਂ ਫਿਰ ਇੰਤਜ਼ਾਰ ਕਰਦੇ ਹਾਂ ਤੁਹਾਡਾ, ਜਲਦੀ ਆਓ, ਖੁਸ਼ੀ ਦੇ ਵਕਤਾਂ 'ਚ ਆਓ, ਕਿਉਂਕਿ ਜਿਹੜੇ ਫਨਕਾਰ ਨੇ ਨਾ ਕਿਸੇ ਜਗ੍ਹਾ ਦੇ ਵੀ ਫਨਕਾਰ, ਉਹ ਮੇਰਾ ਖਿਆਲ ਹੈ ਕਿ ਉਹ ਪੀਸ ਬਿਲਡਿੰਗ ਅਤੇ ਅਮਨ ਫੈਲਾਉਣ ਨੇ ਸਭ ਤੋਂ ਜ਼ਿਆਦਾ ਇਫੈਕਟਿਵ ਉਹ ਨੇ, ਅਤੇ ਕਲਚਰ ਜਿਹੜਾ ਹੈ ਪੰਜਾਬ ਦਾ, ਅਤੇ ਕਲਚਰ ਵੈਸੇ ਹੈ ਵੀ ਇਤਨਾ ਸੋਹਣਾ ਔਰ ਇਤਨਾ ਦੋਵੇਂ ਪਾਸਿਆਂ ਦਾ, ਬਲਕਿ ਮੈਨੂੰ ਲੱਗਦਾ ਇੱਕ ਹੀ ਹੈ ਦੋਵੇਂ ਪਾਸੇ, ਕੀ ਕਹਿਣਾ, ਇੱਕ ਹੀ ਕਲਚਰ ਹੈ ਸਾਡਾ, ਰੰਗ ਰੰਗੀਲਾ, ਖੁਸ਼ੀਆਂ ਗੱਜ ਵੱਜ ਕੇ ਮਨਾਉਣ ਦਾ, ਸਾਰਿਆਂ ਨੂੰ ਅੰਦਰ ਸ਼ਾਮਿਲ ਕਰਨ ਦਾ,
ਕੋਈ ਉਹ ਫਰਕ ਨਹੀਂ ਹੈ ਕਿ ਕੌਣ ਵੱਡਾ ਕੌਣ ਨਿੱਕਾ, ਕਿਸ ਤਰ੍ਹਾਂ ਦਾ, ਸਾਰੇ ਰਲ ਬਹਿ ਕੇ ਜਿਹੜਾ ਇੰਜੋਏ ਕਰਦੇ ਨੇ। ਅਤੇ ਅਸੀਂ ਇਸ ਪੰਜਾਬ ਦਾ ਜਿਹੜਾ ਅਸਲੀ ਕਲਚਰ ਹੈ ਉਸਨੂੰ ਅਸੀਂ ਜ਼ਿੰਦਾ ਰੱਖੀਏ, ਮਿਲੀਏ ਬੈਠੀਏ ਖੁਸ਼ੀ ਨਾਲ ਇੱਕ ਦੂਜੇ ਨਾਲ, ਜਿਹੜਾ ਹੈ ਪਿਆਰ ਦੀਆਂ ਅਸੀਂ ਗੱਲਾਂ ਕਰੀਏ ਔਰ ਰਾਜ਼ੀ ਬਾਜ਼ੀ ਰਹੀਏ। ਤੁਸੀਂ ਬਾਰ ਬਾਰ ਆਓ, ਤੁਹਾਡਾ ਆਪਣਾ ਘਰ ਹੈ, ਔਰ ਜਦੋਂ ਵੀ ਆਓ ਤਾਂ FM 95 ਔਰ ਪਿਲਾਕ ਜਿਹੜਾ ਹੈ, ਚੂੰਕਿ ਇਦਾਰਾ ਹੈ ਖਸੂਸੀ ਤੌਰ 'ਤੇ ਪੰਜਾਬ ਦੀਆਂ ਬੋਲੀਆਂ ਅਤੇ ਰਹਿਤਲ ਅਤੇ ਆਰਟ ਨੂੰ ਪ੍ਰਮੋਟ ਕਰਨ ਵਾਸਤੇ, ਅਤੇ ਇਹ ਤੁਹਾਡਾ ਬਿਲਕੁਲ ਕੰਸੀਡਰ ਇਟ ਐਜ਼ ਯੂਰ ਓਨ ਪਲੇਸ ਟੂ ਬੀ, ਤੁਸੀਂ ਤਸ਼ਰੀਫ ਲਿਆਓ ਔਰ ਸਾਡੇ ਜਿਹੜੇ ਦਿਲ ਜਿਹੜੇ ਨੇ ਉਹ ਤੁਹਾਡੇ ਵਾਸਤੇ ਜਿਹੜੇ ਨੇ ਕੀ ਕਹਿੰਦੇ ਦੀਦਾ ਇਰਾਨ ਪਰਸ਼ੇ ਰਾਨੇ, ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ।